ਨਾ ਉਹਦੇ ਨਾਲ ਸਰਕਲ ਚਲਾਓ ਹੁਣ 700 ਕੋਈ ਨਾ ਕਰਕੇ ਇਸ ਕੋਲ ਪਿਆ ਹੈ ਉਹ ਦਿਲ ਕਰੇ ਤੇ ਇੱਕੋ ਦਿਨ ਦੇ ਵਿੱਚ ਜਨਾਬ ਚੀਜ਼ਾਂ ਚੁੱਕ ਲਵੇ ਸਾਰੀਆਂ ਫਰਨੀਚਰ ਵੀ ਚੁੱਕ ਲਏ ਕੱਪੜੇ ਵੀ ਚੁੱਕ ਲਏ ਜੁੱਤੀਆਂ ਵੀ ਚੁੱਕ ਲਏ ਮੋਬਾਈਲ ਵੀ ਚੁੱਕ ਲਏ ਲੈਪਟਾਪ ਵੀ ਚੁੱਕ ਲਏ 700 ਕੋਈ ਨਾ ਉਡਾ ਦੇ ਠੀਕ ਹੈ ਕਈ ਲੋਕ ਨੇ ਮਸਲ ਮੈਂ ਜ਼ਾਤੀ ਤੌਰ ਤੇ ਇਹਦੇ 'ਚ ਖਾਹਿਸ਼ ਮੰਨਦਾ ਕਿ ਕਮ ਅਜ਼ ਕਮ ਮੈਂ 2021 ਤੱਕ ਆਪਣੇ ਕੋਈਨ ਨਹੀਂ ਸੇਲ ਕਰਦਾ ਮੈਂ ਜ਼ਾਤੀ ਤੌਰ ਤੇ ਮੇਰੀ ਅਗਰ ਟੀਮ ਬੈਠੀ ਹੋਈ ਹੈ ਤੇ ਯਾਰ ਕਈ ਦੋਸਤਾਂ ਨੇ ਅਗਰ ਮੇਰੀ ਕੋਈ ਗੱਲ ਸੁਣੀ ਹੋਵੇ ਉਹਨਾਂ ਨਾਲ ਮੇਰੀ ਡਿਸਕਸ਼ਨ ਹੋਈ ਹੋਵੇ ਤੇ ਮੈਂ ਉਹਨਾਂ ਨੂੰ ਦੱਸਿਆ ਹੈ ਕਿ ਮੈਂ 2021 ਤੱਕ ਆਪਣੇ ਕੋਈਨ ਸੇਲ ਨਹੀਂ ਕਰਦਾ ਉਦੋਂ ਕੀ ਹੋਣਾ ਹਾਂਜੀ 21 ਨੂੰ ਕੀ ਹੋਣਾ 2021 ਨੂੰ ਕੀ ਹੋਣਾ 2021 ਨੂੰ ਕੀ ਹੋਣਾ ਬੜੀ ਸਾਦਾ ਜੀ ਗੱਲ ਹੀ ਨਹੀਂ ਮੈਂ ਹੁਣ ਗੱਲ ਸਮਝਾਈ ਹੈ ਕਿ 10 ਸੈਂਟ ਦਾ ਸੀ 2009 ਦੇ ਵਿੱਚ ਪਿਆਜ ਕਿੰਨਾ ਹੈ $6,500 ਦਾ ਕਿੰਨੇ ਜੀ 2018 ਦੇ ਵਿੱਚ ਇਹ ਹੀ ਫਰਕ ਪਏਗਾ ਮੈਕਸੀਮਮ ਵੇਟ ਕਰਨਾ ਜਿੱਥੇ ਇੱਕ ਅੱਛੀ ਰਕਮ ਮਿਲੇਗੀ ਅੱਛਾ ਰਿਵਾਰਡ ਮਿਲੇ ਸਾਨੂੰ ਉਦੋਂ ਅਸੀਂ ਇਹਨੂੰ ਕੈਸ਼ ਦੀ ਸ਼ਕਲ ਵਿੱਚ ਲੈ ਕੇ ਜਾਵਾਂਗੇ ਜਾਂ ਇਹਦੇ ਉੱਪਰ ਅੱਜ ਦੀ ਜਿਹੜੀ ਟ੍ਰੇਨਿੰਗ ਦਾ ਮੌਜੂ ਸੀ ਕਿਉਂਕਿ ਟ੍ਰੇਨਿੰਗ ਸਾਡੀ ਜਾ ਰਹੀ ਹੈ ਸਾਨੂੰ ਤੇ ਉਦੋਂ ਦਾ 2 ਮਹੀਨੇ ਤੇ ਸ਼ਕਲ ਨੂੰ ਪੁੱਛਿਆ ਫੋਨ ਕਰਕੇ ਉਹ ਜੀ ਡੀਲ